ਇਹ ਮੌਕਸਰ 0% ਹੈ, ਨਾ ਇਹਦਾ ਪਾਊਡਰ ਖਰਾਬ ਹੋਵੇ ਅਤੇ ਨਾ ਇਹ ਬੀਜ ਖਰਾਬ ਹੋਵੇ, 100% ਉੱਗਰੂਗਾ। ਜੇ ਇਹਦਾ ਅਚਾਰ ਪਾਲਿਆ ਉਹ ਵੀ ਬੰਦੇ ਦੀ ਮੈਂ ਜਿੰਨੀ ਉਮਰ ਉਨਾ ਚਿਰ ਨਹੀਂ ਖਰਾਬ ਹੁੰਦਾ। ਅਤੇ ਕਈ ਸਾਡੇ ਕਿਸਾਨ ਭਰਾ ਉਦੋਂ ਰੱਖ ਕੇ ਬਹਿ ਜਾਂਦੇ ਆ ਵੀ ਹਲਦੀ ਯਾਰ ਬੀਜ ਦਿਆਂਗੇ, ਹੁਣ ਉੱਗਰਦੀ ਨਹੀਂ, ਮੰਜੀ ਤਾਂ ਉੱਗਰੀ ਨਹੀਂ ਯਾਰ, ਪਾਣੀ ਤਾਂ ਬਾਹਲਾ ਲੱਗ ਗਿਆ, ਪਾਣੀ ਤਾਂ ਨਹੀਂ ਘੱਟ ਲੱਗ ਗਿਆ, ਠੀਕ ਹੈ ਨਾ, ਮੰਨ ਲਓ 10 ਦਿਨ ਉੱਤੇ ਟੱਪ ਗਏ, ਠੀਕ ਹੈ ਜੀ। ਅਤੇ ਇਹ ਵੇਖੋ ਚਮਕਦੀ ਹੈ, ਸਾਰੀਆਂ ਇਹਦੀਆਂ ਅੱਖਾਂ ਬਣ ਗਈਆਂ, ਤਾਂ ਇਹਦਾ ਇਕੱਲੀ ਇਕੱਲੀ ਚੀਜ਼ ਉੱਗਰੂਗੀ ਹੁਣ, ਠੀਕ ਹੈ ਜੀ। ਇਹਦੇ 'ਚ ਨਾ ਜਿਹੜੀ ਇਹਨੂੰ ਖਰਾਬ ਕਰਨ ਵਾਲੀ ਚੀਜ਼ ਸੀਗੀ, ਪਾਣੀ ਸੀਗਾ, ਮੌਇਸਚਰ ਸੀਗਾ, ਉਹ ਜ਼ਮੀਨ ਨੇ ਖਿੱਚ ਲਿਆ, ਠੀਕ ਹੈ ਜੀ। ਇਹਦੇ ਪਰ ਇਹ ਹਲਦੀ ਹੈ ਹੀ ਕਹਿੰਦੇ ਵੀ ਲੋਕਾਂ ਦੀ ਸਿਹਤ ਨਾਲ ਡੇਲੀ ਵਰਤਣੀ, ਗਰੀਬ ਹੋਵੇ ਅਮੀਰ ਹੋਵੇ ਇਹਦੇ ਬਿਨਾਂ ਸਬਜ਼ੀ ਬਣਦੀ ਨਹੀਂ, ਠੀਕ ਹੈ। ਅਤੇ ਇਹ ਇੱਕ ਦਵਾਈ ਸੀਗੀ, ਅਤੇ ਐਡਰੈਸ ਆਪਾਂ ਦੇ ਦਿੰਦੇ ਹਾਂ, ਕੋਟਕਪੂਰੇ ਦੇ ਬਿਲਕੁਲ 1 ਕਿਲੋਮੀਟਰ 'ਤੇ ਸੂਏ ਦੇ ਬਾਈਪਾਸ ਦੇ। ਹਾਂ ਜੀ ਕਿਸਾਨ ਭਰਾਵੋ, ਜਿਹੜੇ ਭਰਾ ਹਲਦੀ ਦੀ ਕਾਸ਼ਤ ਕਰਨਾ ਚਾਹੁੰਦੇ ਆ, ਅੱਜ ਆਪਾਂ ਡਾਕਟਰ ਮਨਜੀਤ ਸਿੰਘ ਨਾਲ ਤੁਹਾਨੂੰ ਮਿਲਾਉਂਦੇ ਹਾਂ, ਜਿਹੜੇ ਲੰਮੇ ਸਮੇਂ ਤੋਂ ਹਲਦੀ ਦੀ ਕਾਸ਼ਤ ਕਰਦੇ ਆ, ਅਤੇ ਕਿੰਨੇ ਚਿਰ 'ਚ ਜਿਹੜਾ ਸੀਡ ਤਿਆਰ ਹੁੰਦਾ, ਅੱਜ ਪੂਰੀ ਜਾਣਕਾਰੀ ਡਾਕਟਰ ਸਾਹਿਬ ਨਾਲ ਕਰਦੇ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸੀਡ ਬਾਰੇ ਦਿਓ ਜੀ ਜਾਣਕਾਰੀ ਕਈ ਭਰਾ। ਇਹ ਹਲਦੀ ਦਾ ਜਿਹੜਾ ਸੀਡ ਨਾ ਜੀ, ਜੇ ਤਾਂ ਇਹ ਤਾਂ ਹੁਣ ਤੁਹਾਨੂੰ ਨਾ ਮਾਰਕੀਟ ਦੇ ਵਿੱਚ ਕੀ ਹੈ, ਤੁਹਾਨੂੰ ਸਤੰਬਰ ਦੇ ਮਹੀਨੇ ਮਿਲਣ ਲੱਗ ਪੈਂਦੀ ਹੈ, ਠੀਕ ਹੈ ਜੀ। ਅਤੇ ਕਈ ਸਾਡੇ ਕਿਸਾਨ ਭਰਾ ਉਦੋਂ ਰੱਖ ਕੇ ਬਹਿ ਜਾਂਦੇ ਆ ਵੀ ਹਲਦੀ ਯਾਰ ਬੀਜ ਦਿਆਂਗੇ, ਹੁਣ ਉੱਗਰਦੀ ਨਹੀਂ, ਮੰਜੀ ਤਾਂ ਉੱਗਰੀ ਨਹੀਂ ਯਾਰ, ਪਾਣੀ ਤਾਂ ਬਾਹਲਾ ਲੱਗ ਗਿਆ, ਪਾਣੀ ਤਾਂ ਨਹੀਂ ਘੱਟ ਲੱਗ ਗਿਆ, ਠੀਕ ਹੈ ਜੀ। ਇਹਦੀ ਜਿਹੜੀ ਅਸੀਂ ਮਾਰਚ ਦੇ ਮਹੀਨੇ ਬਜਾਰ ਕੀਤੀ ਸੀ ਅਤੇ ਫਰਵਰੀ ਦੇ ਮਹੀਨੇ ਇਹਨੂੰ ਸਾਲ ਹੋ ਗਿਆ, ਠੀਕ ਹੈ ਜੀ। ਉੱਤੋਂ ਮਾਰਚ ਲੰਘ ਗਿਆ, 13 ਮਹੀਨੇ ਹੋ ਗਏ, ਹੋ ਗਏ ਜੀ। ਅਤੇ ਆਹ ਤਾਂ ਹੁਣ 14ਵਾਂ ਮਹੀਨਾ ਹੋ ਗਿਆ, ਹਾਂਜੀ। ਥੋੜ੍ਹੀ ਸਾਨੂੰ ਮਸ਼ੀਨ ਨਹੀਂ ਮਿਲੀ, ਕਹਿੰਦਾ ਮੰਨ ਲਓ 10 ਦਿਨ ਉੱਤੇ ਟੱਪ ਗਏ, ਠੀਕ ਹੈ ਜੀ। ਅਤੇ ਇਹ ਵੇਖੋ ਚਮਕਦੀ ਹੈ, ਸਾਰੀਆਂ ਇਹਦੀਆਂ ਅੱਖਾਂ ਬਣ ਗਈਆਂ, ਤਾਂ ਇਹਦਾ ਇਕੱਲੀ ਇਕੱਲੀ ਚੀਜ਼ ਉੱਗਰੂਗੀ ਹੁਣ, ਠੀਕ ਹੈ ਜੀ। ਇਹਦੇ 'ਚ ਨਾ ਜਿਹੜੀ ਇਹਨੂੰ ਖਰਾਬ ਕਰਨ ਵਾਲੀ ਚੀਜ਼ ਸੀਗੀ, ਪਾਣੀ ਸੀਗਾ, ਮੌਇਸਚਰ ਸੀਗਾ, ਉਹ ਜ਼ਮੀਨ ਨੇ ਖਿੱਚ ਲਿਆ, ਠੀਕ ਹੈ ਜੀ। ਇਹਦੇ ਮੌਇਸਚਰ 0% ਹੈ, ਨਾ ਇਹਦਾ ਪਾਊਡਰ ਖਰਾਬ ਹੋਵੇ ਅਤੇ ਨਾ ਇਹ ਬੀਜ ਖਰਾਬ ਹੋਵੇ, 100% ਉੱਗਰੂਗਾ। ਜੇ ਇਹਦਾ ਅਚਾਰ ਪਾਲਿਆ ਉਹ ਵੀ ਬੰਦੇ ਦੀ ਮੈਂ ਜਿੰਨੀ ਉਮਰ ਉਨਾ ਚਿਰ ਨਹੀਂ ਖਰਾਬ ਹੁੰਦਾ, ਠੀਕ ਹੈ। ਮੌਇਸਚਰ ਇਹਦੇ 0% ਮੌਇਸਚਰ ਹੈ, ਹਾਂਜੀ। ਜਿਹੜਾ ਵੇਚਣ ਵਾਲਾ ਉਹਨੂੰ ਤਾਂ ਘੱਟ ਹੈ, ਕਿਉਂਕਿ 30% ਇਹ 40% ਉਹਨੂੰ ਇਹਦਾ ਲੋਸ ਹੋ ਜਾਂਦਾ ਜਦੋਂ ਅਸੀਂ ਲੇਟ ਚੜਾ ਕੇ ਕੋਈ ਫਸਲ ਪੜਦੇ ਹਾਂ। ਅਸੀਂ ਝੋਨਾ ਯਾਰ ਬਟ ਵੀ ਥੋੜ੍ਹਾ ਪੱਕ ਜੇ ਉਹ 2 ਕੁਇੰਟਲ ਉੱਡ ਜਾਂਦਾ, ਉੱਡ ਜਾਂਦਾ ਜੀ। ਤਾਂ ਇਹਦਾ ਵੀ ਹਰੇਕ ਚੀਜ਼ ਆਪਾਂ ਜਦੋਂ ਇਹਨੂੰ ਅੰਡਰ, ਪਰ ਇਹ ਹਲਦੀ ਇਹੀ ਕਹਿੰਦੇ ਵੀ ਲੋਕਾਂ ਦੀ ਸਿਹਤ ਨਾਲ ਡੇਲੀ ਵਰਤਣੀ, ਗਰੀਬ ਹੋਵੇ ਅਮੀਰ ਹੋਵੇ ਇਹਦੇ ਬਿਨਾਂ ਸਬਜ਼ੀ ਬਣਦੀ ਨਹੀਂ, ਠੀਕ ਹੈ। ਅਤੇ ਇਹ ਇੱਕ ਦਵਾਈ ਸੀਗੀ, ਅਤੇ ਜੇ ਦਵਾਈ 'ਚ ਆਪਾਂ ਠੱਗੀ ਮਾਰੀ ਜਾਂਦੇ ਤਾਂ ਕਿੰਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਅਸੀਂ ਇਹ ਕੰਮ ਨਹੀਂ ਕਰਨਾ, ਠੀਕ ਹੈ। ਅਸੀਂ ਤਾਂ ਬੰਦੇ ਨੂੰ ਠੋਸ ਚੀਜ਼ ਦੇਵਾਂਗੇ ਅਤੇ ਲਿਖ ਕੇ ਦੇਵਾਂਗੇ ਵੀ ਇਹਦੀ ਉੱਗਣ ਸ਼ਕਤੀ 100% ਹੈ, ਠੀਕ ਹੈ ਜੀ। ਵਧੀਆ ਉਹਦਾ ਝਾੜ ਮਿਲੂਗਾ। ਤਾਂ ਕਿਸਾਨ ਵੀਰੋ, ਨੰਬਰ ਡਾਕਟਰ ਸਾਹਿਬ ਦਾ ਮੈਂਸ਼ਨ ਕਰਾਂਗੇ, ਜਿੰਨਾ ਵੀ ਭਰਾਵਾਂ ਨੇ ਹਲਦੀ ਦੀ ਕਾਸ਼ਤ ਕਰਨੀ ਹੋਵੇ, ਸੀਡ ਲੈਣਾ ਹੋਵੇ, ਅਤੇ ਐਡਰੈਸ ਆਪਾਂ ਦੇ ਦਿੰਦੇ ਹਾਂ, ਕੋਟਕਪੂਰੇ ਦੇ ਬਿਲਕੁਲ 1 ਕਿਲੋਮੀਟਰ 'ਤੇ ਸੂਏ ਦੇ ਬਾਈਪਾਸ ਦੇ ਉੱਪਰ ਇਹਨਾਂ ਦਾ ਜਿਹੜਾ ਹੈਗਾ ਫਾਰਮ ਆ ਜੀ, ਜਿੱਥੇ ਹਲਦੀ ਦਾ ਸੀਡ ਆ ਤਿਆਰ ਹੋ ਰਿਹਾ ਅਤੇ ਵੇਚ ਰਹੇ ਆ, ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ, ਨੰਬਰ ਆਪਾਂ ਮੈਂਸ਼ਨ ਕਰਾਂਗੇ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।